ਪਹਿਲਾਂ ਕਿਤੇ ਆ ਪੈਸੇ ਵਾਲੀ ਗੱਲ ਕੀਤੀ ਹੁੰਦੀ ਨਾ ਤਾਂ ਹੁਣ ਨੂੰ ਆਪਾਂ ਕਦੋਂ ਦਾ ਜੋਰੇ ਦਾ ਡੰਡਾ ਲਿਆ ਜਿਹੜੇ ਸਟਾਰਸ ਨੇ ਉਹਨਾਂ ਨੂੰ ਜਾਂ ਜਿਹੜੇ ਵੀ ਇੱਥੇ ਰਾਜ ਕਰ ਰਹੇ ਨੇ ਜਿਨ੍ਹਾਂ ਨੇ ਇੱਥੇ ਗਰੁੱਪਿਜ਼ ਬਣਾ ਰੱਖਿਆ ਉਹਨਾਂ ਨੂੰ ਆਪਣਾ ਨੱਕ ਥੱਲੇ ਕਰਨਾ ਪਊਗਾ ਨਹੀਂ ਤਾਂ ਉਹਨਾਂ ਦਾ ਹਾਲ ਕੀ ਹੋਣਾ ਤੁਹਾਡੇ ਸਾਹਮਣੇ ਨੇ ਉਹ ਟੈਲੈਂਟ ਨੂੰ ਪ੍ਰਮੋਟ ਕਰਦੇ ਨੇ ਉੱਥੇ ਨੈਪੋਟਿਜ਼ਮ ਜਾਂ ਇਹ ਨਹੀਂ ਹੈਗਾ ਗਾ ਕਿ ਪ੍ਰੋਡਿਊਸਰ ਹੈ ਜਿਹੜਾ ਕਿ ਉਹ ਕਹੂ ਮੈਂ ਪੈਸੇ ਲਾ ਰਿਹਾ ਤਾਂ ਮੇਰਾ ਮੁੰਡਾ ਹੀਰੋ ਆਵੇ ਉਹ ਗੱਲ ਕੀ ਹੋਈ ਹੈ ਪਿੱਛੇ ਤੁਸੀਂ ਸ਼ਾਇਦ ਨੋਟ ਕੀਤਾ ਹੋਣਾ ਟਵਿੱਟਰ 'ਤੇ ਕਾਫੀ ਕੰਟਰੋਵਰਸੀ ਹੋਈ ਸੀ ਬਾਲੀਵੁੱਡ ਦੀ ਅਤੇ ਸਾਊਥ ਵਾਲਿਆਂ ਦੀ ਹੈ ਨਾ ਕੋਈ ਟਵੀਟ ਹੋ ਗਿਆ ਸੀਗਾ ਇਸ ਤਰ੍ਹਾਂ ਗੱਲਬਾਤ ਕੁਛ ਹੋ ਗਈ ਸੀਗੀ ਮੇਰੀ ਗੱਲ ਤਾਂ ਹੈ ਕਿ ਤੁਹਾਨੂੰ ਨਾ ਆਪਣੇ ਆਪ 'ਤੇ ਕੌਨਫੀਡੈਂਸ ਹੋਣਾ ਚਾਹੀਦਾ ਗੇਮ ਕੌਨਫੀਡੈਂਸ ਦੀ ਹੋਈ ਹੈ ਦੀਪ ਜਿਹੜੀ ਗੱਲ ਕਰਦਾ ਹੁੰਦਾ ਸੀਗਾ ਹਮੇਸ਼ਾ ਗੱਲ ਕਰਦਾ ਹੁੰਦਾ ਸੀਗਾ ਉਹ ਪੰਜਾਬ ਦੇ ਹੱਕ ਦੀ ਗੱਲ ਕਰਦਾ ਹੁੰਦਾ ਸੀ ਹੋਰ ਵੀ ਉਹ ਕੋਈ ਸੈਪਰੇਟਿਜ਼ਮ ਦੀ ਗੱਲ ਨਹੀਂ ਸੀ ਕਰਦਾ ਹੁੰਦਾ ਉਹ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਸੀ ਪੰਜਾਬ ਦੇ ਹੱਕ ਦੀ ਗੱਲ ਕਰਦਾ ਹੁੰਦਾ ਸੀਗਾ ਇਹ ਸਾਰੀ ਇੰਡਸਟਰੀ ਬੜੀ ਹਿਪੋਕ੍ਰਾਈਟਸ ਦੀ ਇੰਡਸਟਰੀ ਮੈਂ ਤਾਂ ਫਿਰ ਤੁਹਾਨੂੰ ਪਤਾ ਨਾ ਸੱਚ ਬੋਲਦਾ ਬਿਲਕੁਲ ਮੈਨੂੰ ਕਿਸੇ ਦੀ ਵੀ ਪਰਵਾਹ ਨਹੀਂ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ 7 ਤੇ ਮੈਂ ਜੀ ਹਲੀਨ ਸਾਨੀ ਪੰਜਾਬੀ ਇੰਡਸਟਰੀ ਨਾ ਦਿਨੋ ਦਿਨ ਗਰੋਥ ਕਰਦੀ ਜਾ ਰਹੀ ਹੈ ਅਤੇ ਹੁਣ ਵੈਬ ਸੀਰੀਜ਼ ਆਉਣ ਲੱਗੀ ਹੈ ਗੋਲੀ ਅਤੇ ਮੇਰੇ ਨਾਲ ਇਸ ਵਕਤ ਨਾ ਬਹੁਤ ਹੀ ਹੈਂਡਸਮ ਜੋ ਟਾਈਟਲ ਵੀ ਜੱਚ ਰਿਹਾ ਉਹਨਾਂ ਨੂੰ ਯਾਦ ਗਰੇਵਾਲ ਜੀ ਬੈਠੇ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਥੈਂਕ ਯੂ ਸੋ ਮਚ ਅਰਲੀ ਗੋਲੀ ਵੈਬ ਸੀਰੀਜ਼ ਆ ਰਹੀ ਹੈ ਨਾ ਪੰਜਾਬੀ ਇੰਡਸਟਰੀ ਜਿੱਦਾਂ ਮੈਂ ਕਿਹਾ ਦਿਨ ਪ੍ਰਤੀ ਦਿਨ ਗਰੋਥ ਕਰਦੀ ਜਾ ਰਹੀ ਹੈ ਪਹਿਲਾਂ ਫਿਲਮਾਂ ਕੌਨਸੈਪਟ ਹੁਣ ਵੈਬ ਸੀਰੀਜ਼ ਗੋਲੀ ਹਜੇ ਲਾਂਚਿੰਗ ਪਾਰਟੀ ਹੈ ਅਤੇ ਇਸ ਇਹਦੀ ਜਦੋਂ ਸ਼ੂਟਿੰਗ ਸ਼ੁਰੂ ਹੋਣੀ ਹੈ ਕਿਹੜੀ ਜਗ੍ਹਾ ਹੋਣੀ ਹੈ ਦੇਖੋ ਪਤਾ ਕੀ ਹੈ ਹਰਲੀਨ ਮੈਂ ਇਹਦੇ ਬਾਰੇ ਨਹੀਂ ਦੱਸ ਪਾਊਂਗਾ ਕਿਉਂਕਿ ਇਹਦੇ ਵਿੱਚ ਜਿਹੜਾ ਇਹ ਫਸਟ ਪਾਰਟ ਸ਼ੂਟ ਹੋਣ ਲੱਗਿਆ ਇਹਦੇ ਵਿੱਚ ਮੇਰਾ ਗੈਸਟ ਹੀ ਹੈ ਠੀਕ ਹੈ ਮੇਰੀ ਸਟੋਰੀ ਹੈ ਜਿਹੜੀ ਕੰਟੀਨਿਊ ਹੁੰਦੀ ਹੈ ਸੈਕਿੰਡ ਪਾਰਟ ਦੇ ਵਿੱਚ ਅਸੀਂ ਦੋ ਪਾਰਟ ਦੇ ਵਿੱਚ ਸ਼ੂਟ ਕਰ ਰਹੇ ਹਾਂ ਸ਼ੂਟ ਇਕੱਠੀ ਵੀ ਹੋਣੀ ਹੈ ਬਟ ਫਿਲਹਾਲ ਫਸਟ ਪਾਰਟ ਦਾ ਸ਼ੂਟ ਸ਼ੁਰੂ ਹੋਣ ਲੱਗਿਆ ਉਹਦੇ ਵਿੱਚ ਮੇਰਾ ਗੈਸਟ ਹੈ ਅਤੇ ਉਹ ਹੁਣ ਮੈਨੂੰ ਨਹੀਂ ਪਤਾ ਕਿੱਥੇ ਸ਼ੂਟ ਕਰਨਗੇ ਕਿੱਥੇ ਨਹੀਂ ਆਈ ਥਿੰਕ ਚੰਡੀਗੜ੍ਹ ਹੀ ਕਰਨਗੇ ਗੋਲੀ ਵਾਂਗੂ ਹੀ ਸਾਰਿਆਂ ਦੇ ਦਿਮਾਗ ਦੇ ਵਿੱਚ ਬਸ ਜਾਏਗੀ ਵੈਬ ਸੀਰੀਜ਼ ਹੈ ਨਾ ਯਾ ਐਗਜ਼ੈਕਟਲੀ ਸਾਰੇ ਮੁੰਡੇ ਮੁੰਡੇ ਹੀ ਹੈ ਗੁੰਡੇ ਟਾਈਪ ਚੀਜ਼ਾਂ ਹੈਗੀਆਂ ਕਿ ਕੁੜੀਆਂ ਵੀ ਹੈਗੀਆਂ ਸਭ ਕੁਛ ਦੇਖਣ ਨੂੰ ਮਿਲਦਾ ਨਹੀਂ ਨਹੀਂ ਇਹਦੇ ਵਿੱਚ ਸਾਰਾ ਕੁਛ ਹੈਗਾ ਗਾ ਐਸੀ ਗੱਲ ਨਹੀਂ ਹੈ ਬਟ ਉਹ ਥੋੜ੍ਹਾ ਜਿਹਾ ਕਿਉਂਕਿ ਟਾਈਟਲ ਇੱਦਾਂ ਦਾ ਔਰ ਥੋੜ੍ਹਾ ਜਿਹਾ ਪ੍ਰੋਡਿਊਸਰਸ ਨੂੰ ਇਹ ਵੀ ਹੁੰਦਾ ਕਿ ਥੋੜ੍ਹੇ ਨੋਨ ਫੇਸ ਆ ਜਿਹੜੇ ਮੈਂ ਉਹਨਾਂ ਨੂੰ ਕੈਸ਼ ਕਰ ਲਾਂ ਅਤੇ ਇਸ ਕਰਕੇ ਹੁਣ ਜਿਵੇਂ ਕਿ ਮੇਰਾ ਇਹਦੇ ਵਿੱਚ ਸਿਰਫ ਗੈਸਟ ਅਪੀਅਰੈਂਸ ਹੀ ਹੈ ਪਰ ਇਹਨਾਂ ਨੇ ਫਿਰ ਵੀ ਮੈਨੂੰ ਇਨਸਿਸਟ ਕੀਤਾ ਕਿ ਨਹੀਂ ਤੁਸੀਂ ਆਓ ਮੈਂ ਈਵਨ ਕਹਿ ਰਿਹਾ ਸੀ ਵੀ ਯਾਰ ਮੇਰਾ ਇਹਦੇ ਵਿੱਚ ਗੈਸਟ ਹੈਗਾ ਮੈਨੂੰ ਕਦੇ ਉੱਥੇ ਬੁਲਾ ਰਹੇ ਵੀ ਆਪਾਂ ਸੈਕਿੰਡ ਪਾਰਟ ਜਦੋਂ ਤੁਸੀਂ ਸ਼ੁਰੂ ਕਰੋਗੇ ਉਦੋਂ ਆਪਾਂ ਉਹਦੀ ਪ੍ਰੈਸ ਕਾਨਫਰੰਸ ਕਰਾਂਗੇ ਉਦੋਂ ਮੈਂ ਆ ਜਾਊਂਗਾ ਕਹਿੰਦੇ ਨਹੀਂ ਨਹੀਂ ਤੁਸੀਂ ਆਓ ਤਾਂ ਫਿਰ ਮਤਲਬ ਕਈ ਚੀਜ਼ਾਂ ਇਹੋ ਜਿਹੀਆਂ ਹੋ ਜਾਂਦੀਆਂ ਤੁਹਾਨੂੰ ਕਈ ਵਾਰੀ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਵੀ ਸੋਚਣਾ ਪੈਂਦਾ ਮੈਂ ਯਾਦਗਰਵਾਲ ਜੀ ਨੂੰ ਬਹੁਤ ਦੇਰ ਤੋਂ ਜਾਣਦੀ ਹਾਂ ਹੈ ਨਾ ਤੁਹਾਡੇ ਨਾਲ ਮਿਲ ਕੇ ਹਮੇਸ਼ਾ ਕੁਛ ਵੱਖਰੀਆਂ ਹੀ ਗੱਲਾਂ ਹੁੰਦੀ ਹੈ ਤੁਸੀਂ ਦੀਪ ਸਿੱਧੂ ਜੀ ਨਾਲ ਵੀ ਕੰਮ ਕੀਤਾ ਜਦੋਂ ਉਸ ਦੁਨੀਆ ਤੋਂ ਗਏ ਬਹੁਤ ਸਾਰੇ ਲੋਕ ਇੱਕ ਸਦਮੇ ਦੇ ਚਲੇ ਗਏ ਜੋ ਉਹਨਾਂ ਦੀ ਲਾਸਟ ਫਿਲਮ ਆਈ ਸਾਡੇ ਵਾਲਾ ਉਹ ਕਾਫੀ ਧਮਾਲ ਮਚਾ ਗਈ ਬਟ ਇੱਕ ਸਵਾਲ ਆ ਜਦੋਂ ਦੀਪ ਸਿੱਧੂ ਜੀ ਦੀ ਡੈਥ ਹੋਈ ਉਦੋਂ ਲੋਕ ਪੋਸਟਾਂ ਪਾਉਂਦੇ ਰਹੇ ਬਟ ਜਦੋਂ ਸਾਡੇ ਵਾਲਾ ਰਿਲੀਜ਼ ਹੋਣੀ ਸੀ ਇੱਕ ਵੀ ਬੰਦੇ ਨੇ ਪ੍ਰਮੋਟ ਨਹੀਂ ਕੀਤੀ ਇਹ ਕਿਉਂ ਹੁੰਦਾ ਇੱਦਾਂ ਸਾਡੀ ਇੰਡਸਟਰੀ ਦੇ ਵਿੱਚ ਇਹ ਸਾਡੀ ਇੰਡਸਟਰੀ ਬੜੀ ਹਿਪੋਕ੍ਰਾਈਟਸ ਦੀ ਇੰਡਸਟਰੀ ਮੈਂ ਤਾਂ ਫਿਰ ਤੁਹਾਨੂੰ ਪਤਾ ਮੈਂ ਸੱਚ ਬੋਲਦਾ ਬਿਲਕੁਲ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ ਠੀਕ ਹੈ ਇਹ ਇੰਡਸਟਰੀ ਹੀ ਨਹੀਂ ਮਤਲਬ ਕਿ ਮੈਨੂੰ ਤਾਂ ਐਂ ਲੱਗਦਾ ਕਿ ਦੁਨੀਆ ਹਿਪੋਕ੍ਰਾਈਟਸ ਦੀ ਹੋ ਚੁੱਕੀ ਹੈ ਠੀਕ ਹੈ ਅਤੇ ਮਤਲਬ ਡਬਲ ਫੇਸਡ ਪੀਪਲ ਮੂੰਹ 'ਤੇ ਕੁਛ ਹੋਰ ਪਿੱਠ 'ਤੇ ਕੁਛ ਹੋਰ ਮਤਲਬ ਕਿ ਬਹੁਤ ਜ਼ਿਆਦਾ ਨਾ ਆਪਦਾ ਬੈਨੀਫਿਟਸ ਬਹੁਤ ਦੇਖਦੇ ਆ ਕਈਆਂ ਨੂੰ ਐਂ ਲੱਗਦਾ ਕਿ ਅਸੀਂ ਪੋਸਟ ਪਾ ਦਾਂਗੇ ਤਾਂ ਪਤਾ ਨਹੀਂ ਸਾਡੇ ਨਾਲ ਕੀ ਹੋ ਜੂ ਅਸੀਂ ਪਤਾ ਨਹੀਂ ਕਿ ਐਂਟੀ ਸੋਸ਼ਲ ਡਿਕਲੇਅਰ ਹੋ ਜਾਵਾਂਗੇ ਕਿਉਂਕਿ ਦੀਪ ਜਿਹੜੀ ਗੱਲ ਕਰਦਾ ਹੁੰਦਾ ਸੀਗਾ ਹਮੇਸ਼ਾ ਗੱਲ ਕਰਦਾ ਹੁੰਦਾ ਸੀਗਾ ਉਹ ਪੰਜਾਬ ਦੇ ਹੱਕ ਦੀ ਗੱਲ ਕਰਦਾ ਹੁੰਦਾ ਸੀ ਹੋਰ ਕੋਈ ਉਹ ਕੋਈ ਕੋਈ ਸੈਪਰੇਟਿਜ਼ਮ ਦੀ ਗੱਲ ਨਹੀਂ ਸੀ ਕਰਦਾ ਹੁੰਦਾ ਉਹ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਸੀ ਪੰਜਾਬ ਦੇ ਹੱਕ ਦੀ ਗੱਲ ਕਰਦਾ ਹੁੰਦਾ ਸੀਗਾ ਬਟ ਕਈ ਲੋਕ ਇਹੋ ਜਿਹੇ ਇੰਨੇ ਕੁ ਡਰਪੋਕ ਲੋਕ ਹੁੰਦੇ ਨੇ ਕਿ ਉਹਨਾਂ ਨੂੰ ਐਂ ਲੱਗਦਾ ਪਤਾ ਨਹੀਂ ਵੀ ਆਪਦੇ ਹੱਕ ਮੰਗਣੇ ਆ ਤਾਂ ਤੁਸੀਂ ਪਤਾ ਨਹੀਂ ਕਿ ਲੋਕ ਤੁਹਾਨੂੰ ਟੈਰਰਿਸਟ ਬਣ ਜਾਓਗੇ ਤੁਸੀਂ ਹੋ ਜਾਓਗੇ ਬਟ ਇਦਾਂ ਦੀ ਕੋਈ ਗੱਲ ਨਹੀਂ ਹੈ ਇਹ ਇੱਕ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਦੇ ਵਿੱਚ ਤੁਹਾਨੂੰ ਪੂਰਾ ਹੱਕ ਹੈ ਆਪਣੇ ਆਪਣੇ ਆਪਣੀ ਗੱਲ ਕਹਿਣ ਦਾ ਆਪਣੇ ਹੱਕ ਲਈ ਬੋਲਣ ਦਾ ਜੇ ਤੁਸੀਂ ਆਪਣੇ ਹੱਕ ਲਈ ਨਹੀਂ ਬੋਲਦੇ ਤਾਂ ਫਿਰ ਤਾਂ ਤੁਸੀਂ ਮੁਰਦਾ ਹੋ ਠੀਕ ਹੈ ਕਿ ਨਹੀਂ ਤਾਂ ਤੁਸੀਂ ਆਪਣੇ ਖਿੱਤੇ ਲਈ ਨਹੀਂ ਬੋਲ ਸਕਦੇ ਜਿਹੜੀ ਮਿੱਟੀ ਨੇ ਤੁਹਾਨੂੰ ਪੈਦਾ ਕੀਤਾ ਜਿਹੜੀ ਮਿੱਟੀ ਨੇ ਤੁਹਾਨੂੰ ਪਾਲਿਆ ਪੋਸਿਆ ਐਡਾ ਵੱਡਾ ਕੀਤਾ ਤੁਸੀਂ ਉਹਦੇ ਹੱਕਾਂ ਲਈ ਨਹੀਂ ਬੋਲ ਸਕਦੇ ਠੀਕ ਹੈ ਤਾਂ ਫਿਰ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਜਿਉਂਦੇ ਹੋ ਫਿਰ ਤਾਂ ਤੁਸੀਂ ਬਸ ਮਤਲਬ ਤੁਰੇ ਫਿਰਦੇ ਹੋ ਜਿੰਦਾ ਲਾਸ਼ ਹੋ ਜਿੱਦਾਂ ਇੰਡਸਟਰੀ ਦੇ ਵਿੱਚ ਜਦੋਂ ਆਪਾਂ ਕਦਮ ਰੱਖਣਾ ਪੈਂਦਾ ਨਾ ਫਸਟ ਟਾਈਮ ਮੈਂ ਹੋਵਾਂ ਤੁਸੀਂ ਹੋਵਾਂ ਕੋਈ ਵੀ ਹੋਵੇ ਤਾਂ ਸਾਨੂੰ ਚਾਪਲੂਸੀ ਕਰਨੀ ਪੈਂਦੀ ਆਪਣੇ ਹੱਕਾਂ ਲਈ ਆਪਾਂ ਕਦੋਂ ਲੜੀਏ ਕਿਉਂਕਿ ਜਦੋਂ ਆਪਾਂ ਆ ਜਾਂਦੇ ਹਾਂ ਸਾਡੇ ਪਿੱਛੇ ਇੰਨਾ ਕੰਪੀਟੀਸ਼ਨ ਹੁੰਦਾ ਹੈ ਅਤੇ ਕਿੱਦਾਂ ਇਸ ਇੰਡਸਟਰੀ ਦੇ ਵਿੱਚ ਕਦਮ ਰੱਖੀਏ ਅਗਰ ਹੱਕਾਂ ਲਈ ਲੜਨਾ ਵਾ ਅਸਲੀ ਅਸਲੀ ਸੱਚ ਬੋਲਣਾ ਵਾ ਅਤੇ ਬੋਲ ਸਕਦੇ ਸਾਡੇ ਇਨਸਾਨ ਦੇ ਵਿੱਚ ਹੈ ਹੀ ਰਗਾ ਰਗਾ ਝੂਠ ਹੀ ਵੱਧਿਆ ਹੋਇਆ ਤੁਸੀਂ ਦੱਸੋ ਕਿੱਦਾਂ ਇਸ ਇੰਡਸਟਰੀ ਦੇਖੋ ਪਹਿਲੀ ਗੱਲ ਤਾਂ ਇਹ ਕਿ ਤੁਹਾਨੂੰ ਨਾ ਆਪਣੇ ਆਪ 'ਤੇ ਕੌਨਫੀਡੈਂਸ ਹੋਣਾ ਚਾਹੀਦਾ ਗੇਮ ਕੌਨਫੀਡੈਂਸ ਦੀ ਹੋਈ ਹੈ ਠੀਕ ਹੈ ਕਿ ਨਹੀਂ ਕਈ ਲੋਕ ਮਤਲਬ ਈਵਨ ਕਿ ਚਲੋ ਆਪਾਂ ਕੌਨਫੀਡੈਂਸ ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਦਿੰਦਾ ਅਗਰ
यूथ ली जो मैसेज कुछ देना चाहते हो, क्योंकि जो सिर्फ ये इंडस्ट्री नहीं, अजकल जीना मुश्किल हो गया है ना, काम नहीं है, बेरोजगारी हैगी है, लोग बाहर ज्यादा भज रहे, क्यों भज रहे हैं? हाँ बिल्कुल, इस कोई शक नहीं है, लोग बाहर भज रहे हैं, लोगों को यह लगता कि बाहर जावे तो उत्थे तो पता नहीं कि जान सार सू जॉब मिल जानी, पर इदा की गल नहीं है, लाइफ इज़ अ स्ट्रगल और ये हर थान पर करनी पैंती है। इतने लोग थोड़ा जहा मैं जितों तक मैं स्टडी किया भी इतने लोग रह के उन्होंने कम कर शर्म महसूस करते हैं, बाहर जाके उही कम करते हैं, ठीक है, उस पता नहीं आई डों क्यों ये सोच क्यों बन गई है, आई थिंक सो डबल स्टैंडर्ड्स, फिर उत्थी गल आ गई ना, हिपोक्रेसी बहुत ज़्यादा है, ठीक है कि नहीं, दिखावा बहुत ज़्यादा है, शो ऑफ द जमाना आ गया, ठीक है, मतलब कि जो दिखता है वो मतलब वही बिकता है, ये सोच ये बन गई है लोगों की, बट इदा का गल है नहीं है, क्योंकि ये लोंग रन के जो कॉन्सीक्वेंसिस ने बहुत गलत होंगे ने, ठीक है, हुण तुसीं ये देख लो कि जो बाहर जा रहे हैं वो कीरां तां इत्थों पेरेंट्स बाहर भेज देंगे, पर तुसीं उन्हां दा एंड देखो की है, कई तो यह होते हैं इधर माँ बाप होंगे ने, माँ की डैथ होगी जब फादर की डैथ होगी तो वो वापस ही नहीं आ सकते, संस्कार से नहीं आ सकते, की फायदा उस पैसे का, की मतलब कहदे वास्ते यार, वाहे तो तुम आपके खिते च रहो यार, ये वास्ते इतने आपके हकों लिए लड़ो, इनू वधिया बनाओ, इतने रोज़गार पैदा करो, इतों दरकार वधिया चुनो, तुम सारा कुछ करो, आपके खिते लिए लड़ो ना यार। अजकल ना साउथ की फिल्मों का बड़ा जिक्र हो रहा है, क्योंकि वो कॉन्सैप्ट ना देखते हैं ना कि हीरो देखते हैं, तो साड़ी पंजाबी इंडस्ट्री कदों वो चीज़ छून की कोशिश करेगी, मैं लगता है कि क्योंकि नवा कोई डायरेक्टर आता या प्रोड्यूसर आता है, ठीक है, वो नवा चेहरा लभन कोशिश करता, लेकिन नवा चेहरा चलता नहीं, इसलिए पुराने चेहरे ज़्यादा लेंदे हैं, तो वो च साड़ी इंडस्ट्री में कदों चीज़ आएगी जो कॉन्सैप्ट के उत्ते गल की जाएगी। पता की हरलीन, तुम्हें गल की बड़ी वजह, देखो गल की हुई है, पिछले तुम शायद नोट किया होना ट्विटर से काफ़ी कॉन्ट्रोवर्सी हुई थी बॉलीवुड की, तो साउथ वाले की है ना, तो कोई ट्वीट हो गया सीगा, इस तरह गलबात कुछ हो गई सी, उ गल मैं कह रहा कि जेडे साउथ वाले ने बहुत ही प्रोफेसनल और बहुत ही घेंट बंदे ने टैलेंट को प्रमोट करते हैं, उत्थे नैपोटिज्म या ये नहीं है कि प्रोड्यूसर है जरा कि मैं पैसे ला रहा तो मेरा मुंडा हीरो आए, ए नहीं है, उत्थे बिजनेस है, उत्थे क्रिएटिविटी है, उत्थे टैलेंट को एक्सप्लोर करते हैं, है ना, वो इस करके अगे निकल गए हैं, तो ईवन कि पिछले गल भी यही हुई थी, साउथ के कैरेक्टर ने यही गल आखी थी कि बॉलीवुड में अपनी गलतियां तो हम सीखना चाहिए, नहीं तो पहली गल तो यह कि बॉलीवुड के जो स्टार्स ने उन्होंने या जे भी इतने राज कर रहे हैं जिन्होंने इतने ग्रुपिज्म बना रखे उन्होंने आपका नक् थले करना पेगा, नहीं तो उन्हों का हाल की होना, थोड़े सामने ही ने गैसट रोल करने जोगे रह जाएंगे साउथ दी फिल्मों के, जिम्मे कि आप पिछले जी फिल्मा ही देखी है बॉलीवुड वाले गैसट रोल ही कर रहे हैं, तो मेन लीड साउथ वाले करे जा रहे हैं, ठीक है, ऑल उन्होंने नॉर्थ का कब्जा कर लिया, ये ड्रीम है मेरा भी एक दिन असी भी जे साउथ वाले आ नॉर्थ के आ गए तो मतलब पहली गल तो साउथ नॉर्थ कुछ नहीं, इट्स इंडिया, ऑल ओवर इंडिया, ठीक है, तो इस करके मेरी भी तमन्ना है कि साड़ी पंजाबी इंडस्ट्री भी ऑल ओवर इंडिया एक्सप्लोर करे, ऑल ओवर इंडिया असं छाइए, असं आपका कंटेंट लैके आइए, साढ़े को बहुत सोहने सोहने कंटेंट ने, पर साड़ी त्रासदी यही है कि इतने आ चीज़ बहुत ज़्यादा चल रही है भी मैं पैसे ला रहा तो मैं ही रोऊंगा, इतने टैलेंट नहीं चलता, जो इतने टैलेंट आ गया ना इतने भी भाई एक डायरैक्टर है जो टैलेंटेड डायरैक्टर डिजर्व करता है, ठीक है, उन्होंने चांस दिता जाए, एक एक्टर डिजर्व करता उन्होंने चांस दिता जाए, तो फिर आप अगे वधांगे, उन्ना चिर तां नहीं, फिर थोड़ा इन्होंने चीज़ों तो अपनी गलतियों तो सीखना पेगा, तो फिर तुम सीखी जाने, अज पंजाबी इंडस्ट्री है जी, पंजाबी फिल्म है, लोग देख के हसते हैं, पीपल लाफ ऑन पंजाबी फिल्म्स। सो मच यार जी, तुहाडा हमेशा गल करके ना बहुत वधिया लगता है, तो तुम बहुत अच्छी गल्ला दस्सदे हो, थैंक यू, एंड जाते हैं तो तुम भी मैसेज देना चाहते हो? मैसेज देने नूं मैं कोई वो नहीं है, कोई भी मतलब मैसेज देना, बस यही है कि खाओ पियो हसो खेडो दिल किसी का दिखायो ना, तो नशे तो बचो, तो वधिया वधिया काम करो, तो हिपोक्रेसी तो बचो, डबल स्टैंडर्ड्स ना मेनटेन करो, पंजाब नूं प्यार करो, लव यू ऑल, थैंक यू सो मच। सो एक साइड नाल सी याद करेवाल, तुसीं देखदे रहो चैनल 7, मैनूं तो इजाजत, सत श्री अकाल।